ਬਾਈ ਜਿਹੜੇ ਆਪਣਾ ਵਜ਼ਨ ਘਟਾਉਂਦੇ ਘਟਾਉਂਦੇ ਥੱਕ ਗਏ, ਵਜ਼ਨ ਨਹੀਂ ਘਟਿਆ, ਤਾਂ ਉਹਨਾਂ ਵਾਸਤੇ ਵੀਡੀਓ ਕੰਮ ਦੀ ਆ। ਇੱਕ ਐਸਾ ਫਾਰਮੂਲਾ ਆ ਬਾਈ ਹੋਰਾਂ ਦੇ ਹੱਥ ਲੱਗ ਗਿਆ, ਚਾਹੇ ਇੱਕ ਹਫ਼ਤੇ ਦੇ ਵਿੱਚ 15 ਕਿਲੋ ਵਜ਼ਨ ਘੱਟ ਕਰ ਲਓ। ਨਾਲੇ ਬਿਲਕੁਲ ਫ੍ਰੀ ਦਾ ਆਸਾਨ ਜਿਹਾ ਨੁਕਤਾ, ਬਸ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਤਰੀਕਾ ਨੋਟ ਕਰ ਲਓ, ਚਾਹੇ 50 ਕਿਲੋ ਵਜ਼ਨ ਘੱਟ ਕਰ ਲਿਓ। ਜੇ ਤੁਸੀਂ ਕਹੋਗੇ ਕਿ ਇਹ ਗਲਤ ਹੈ, ਤਾਂ ਫੋਟੋ ਦੇਖ ਲਓ, ਆਹ ਬਾਈ ਦਾ ਵੇਟ ਦੇਖ ਲਓ ਕਿੰਨਾ ਸੀ ਪਹਿਲਾਂ, ਪਰ 15 ਕਿਦਰਾਂ ਮਗਰੋਂ ਹੁਣ ਬਾਈ ਦਾ ਵੇਟ ਦੇਖੋ ਕਿ ਬਿਲਕੁਲ ਫਿੱਟ ਲੱਗਦਾ ਬਾਈ। ਦੂਸਰੇ ਪਾਸੇ ਆ ਭੈਣ ਦੀ ਫੋਟੋ, ਇੱਕ ਪੁਰਾਣੀ ਹੈ ਤੇ ਇੱਕ ਅੱਜ ਦੀ ਲੁੱਕ ਦੇਖ ਰਹੇ ਹੋ ਤੁਸੀਂ। ਇਹਨਾਂ ਨੇ ਵੀ ਤੁਸੀਂ ਦੇਖ ਲਓ ਕਿ ਕਿੰਨਾ ਜ਼ਿਆਦਾ ਵਜ਼ਨ ਘੱਟ ਕਰ ਲਿਆ ਕੁਝ ਹੀ ਦਿਨਾਂ ਦੇ ਵਿੱਚ। ਤਾਂ ਮਿੱਤਰੋ ਆਓ ਜਾਣਦੇ ਆ ਕਿ ਆਖਿਰ ਕਿਹੜਾ ਫਾਰਮੂਲਾ ਇਹਨਾਂ ਦੇ ਹੱਥ ਲੱਗ ਗਿਆ। ਲਓ ਵੀ ਮਿੱਤਰੋ, ਜੇ ਤੁਹਾਡਾ ਵਜ਼ਨ ਜ਼ਿਆਦਾ ਆ ਤਾਂ ਕਾਪੀ ਪੈਨ ਚੱਕ ਲਓ। ਇੱਕ ਐਸਾ ਫਾਰਮੂਲਾ ਦੱਸਾਂਗੇ ਜਿਹਦੇ ਨਾਲ ਘਰ ਬੈਠੇ ਦਿਨਾਂ ਦੇ ਵਿੱਚ ਵਜ਼ਨ ਘਟਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਕਿਹਾ ਕਿ ਐਸਾ ਫਾਰਮੂਲਾ ਦਿਨਾਂ ਦੇ ਵਿੱਚ ਵਜ਼ਨ ਘਟਾ ਸਕਦੇ ਹੋ, 50 ਕਿਲੋ 70 ਕਿਲੋ ਵੀ ਘਟਾਇਆ ਤੁਹਾਡੇ ਕੋਲ ਆ ਕੇ ਲੋਕਾਂ ਨੇ, ਸਹੀ ਗੱਲ ਹੈ ਜੀ? ਹਾਂਜੀ ਹਾਂਜੀ ਵੀਰ ਜੀ, ਮੇਰੇ ਹਸਬੈਂਡ ਦੇ 55 ਕਿਲੋ ਦਾ ਰਿਜ਼ਲਟ ਆ ਵੀਰ ਜੀ, ਉਹਨਾਂ ਨੇ 55 ਕਿਲੋ ਵੇਟ ਲੋਸ ਕੀਤਾ, ਮੈਂ 26 ਕਿਲੋ ਵੇਟ ਲੋਸ ਕੀਤਾ ਜੀ। ਬਟ ਬਹੁਤ ਜ਼ਿਆਦਾ, ਮਤਲਬ 26 ਕਿਲੋ ਵੀ ਬਹੁਤ ਵੇਟ ਆਉਂਦਾ, ਤੁਸੀਂ ਖੁਦ ਕਰਿਆ? ਹਾਂਜੀ ਵੀਰ ਜੀ, ਮੈਂ ਖੁਦ ਕੀਤਾ ਵੀਰ ਜੀ। ਤੇ ਕੀ ਫਾਰਮੂਲਾ ਐਸਾ, ਕੀ ਮਤਲਬ ਲੋਕਾਂ ਨੂੰ ਵੀ ਪਤਾ ਚੱਲੇ ਕੋਈ ਐਸੀ ਚੀਜ਼ ਆ ਜਿਹਦੇ ਨਾਲ ਘਰ ਬੈਠੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ, ਕਿਵੇਂ ਆ, ਪੂਰੀ ਥੋੜ੍ਹੀ ਜਿਹੀ ਗੱਲਬਾਤ ਦੱਸੋ। ਹਾਂਜੀ ਵੀਰ ਜੀ, ਇਹ ਨਿਊਟ੍ਰੀਸ਼ਨ ਆ, ਨਿਊਟ੍ਰੀਸ਼ਨ ਦੇ ਨਾਲ ਨਾਲ ਆਪਣੀ ਘਰ ਦੀ ਖੁਰਾਕ ਆ, ਜਿਵੇਂ 60% ਸਾਡੀ ਹੋਮ ਡਾਇਟ ਹੁੰਦੀ ਹੈ ਅਤੇ 40% ਸਾਡਾ ਨਿਊਟ੍ਰੀਸ਼ਨ ਹੁੰਦਾ ਜੀ, ਅਤੇ ਬਸ ਉਹੀ ਗਾਈਡਨੈਂਸ ਦੇ ਵਿੱਚ ਰਹਿਣਾ, ਸਾਡੀ ਦੇ ਟੱਚ ਦੇ ਵਿੱਚ ਰਹਿਣਾ, ਅਤੇ ਇਹ ਨਹੀਂ ਹੈਗਾ ਵੀ ਸਾਡਾ ਮਤਲਬ ਆ ਵੀ ਕਿ ਅਗਲੇ ਨੂੰ ਡੱਬੇ ਦੇਣਾ ਅਤੇ ਉਸ ਤੋਂ ਬਾਅਦ ਅਗਲੇ ਟੱਚ 'ਚ ਨਹੀਂ ਰਹਿਣਾ ਹੈਗਾ। ਹਰ ਵਕਤ ਅਗਲੇ ਨੂੰ ਗਾਈਡ ਕਰਦੇ ਹਾਂ, ਸਾਨੂੰ ਜਦੋਂ ਮਰਜ਼ੀ ਕਾਲ ਕਰਕੇ ਅਗਲਾ ਕਦੇ ਵੀ ਸਾਨੂੰ ਕੁਛ ਵੀ ਪੁੱਛ ਸਕਦਾ, ਅਸੀਂ ਹਰ ਇੱਕ ਗਾਈਡਨੈਂਸ ਦਿੰਦੇ ਹਾਂ ਜੀ। ਪਤਾ ਜੀ, ਪ੍ਰੋਡਕਟ ਲੈ ਤਾਂ ਲੈਂਦਾ ਅਗਲਾ, ਬਾਅਦ ਦੇ ਵਿੱਚ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਨੇ, ਕਿਉਂਕਿ ਕਈ ਥਾਵੇਂ ਦੇਖਿਆ ਆਪਾਂ ਨੇ, ਹੋਰ ਵੀ ਕਈ ਮੇਰੇ ਆਪਦੇ ਲਿੰਕ 'ਚ ਵੀ ਨੇ ਬੰਦੇ, ਪ੍ਰੋਡਕਟ ਖਾਧਾ ਜਾਂ ਤਾਂ ਆਦਤ ਪੈ ਗਈ, ਜਦੋਂ ਛੱਡਤਾ ਦੁਬਾਰੇ ਫੇਰ ਵੇਟ ਉੱਥੇ ਗਿਆ, ਇਹਦੇ ਵਿੱਚ ਕੋਈ ਇੱਦਾਂ ਦਾ ਤਾਂ ਨਹੀਂ ਹੈਗਾ? ਨਹੀਂ ਵੀ ਜੀ, ਦੇਖੋ ਉਹਦੇ ਵਿੱਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ ਵੀ ਪ੍ਰੋਡਕਟ ਦੇ ਨਾਲ, ਕਿਉਂਕਿ ਸਾਡਾ ਤਾਂ 3 ਬੈਕ ਗਰੰਟੀ ਆ 3 ਡੇਜ਼ ਦੀ, ਜੇ ਰਿਜ਼ਲਟ ਨਾ ਆਇਆ ਤਾਂ 3 ਡੇਜ਼ ਦੇ ਬਾਅਦ, ਪਹਿਲੇ ਦਿਨ ਤਾਂ ਰਿਜ਼ਲਟ ਆਊਗਾ, ਸੈਕਿੰਡ ਡੇ ਤੁਹਾਨੂੰ ਹਲਕਾ ਫੀਲ ਹੋਊਗਾ, ਥਰਡ ਡੇ ਤੁਹਾਨੂੰ ਯਾਨੀ ਕਿ ਵੀ ਐਨਰਜੀ ਬੂਸਟ ਹੋ ਜੂਗੀ, ਠੀਕ ਆ। ਜੇ ਨਹੀਂ 3 ਦਿਨਾਂ ਦੇ ਵਿੱਚ ਰਿਜ਼ਲਟ ਮਿਲਦਾ ਤਾਂ ਸਾਡਾ ਖੁੱਲ੍ਹਾ ਵਾਪਸ ਕਰ ਦਿਓ ਜੀ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਨਿਊਟ੍ਰੀਸ਼ਨ ਦੇ ਨਾਲ ਲੈਣ ਦੇ ਨਾਲ, ਤਾਂ ਵੀ ਸਾਡਾ ਖੁੱਲ੍ਹਾ ਵਾਪਸ ਕਰ ਦਿਓ ਜੀ, ਅਸੀਂ ਇਹ ਥੋੜ੍ਹੀ ਹੈ ਕਿ ਵੀ ਅਗਲੇ ਦੇ ਗਲ ਮੜਨਾ ਜੀ, ਵੀ ਗਰੰਟੀ ਦਿੰਦੇ ਹੋ ਪੂਰੀ ਵੀ ਜੇ ਕੋਈ ਦਿੱਕਤ ਆ ਤਾਂ ਖੁੱਲ੍ਹੇ ਦਾ ਖੁੱਲ੍ਹਾ ਵਾਪਸ ਕਰ ਦਿਓ। ਅੱਛਾ ਜੀ, ਆਪਣੇ ਕੋਲੇ ਕਿੰਨੇ ਕੁ ਕੋਈ ਯਾਦ ਹੁੰਦਾ ਕਈ ਵਾਰੀ ਵੀ ਸਭ ਤੋਂ ਵੱਧ ਵੇਟ ਕਿੰਨਾ ਤੋੜਿਆ ਬੰਦੇ ਨੇ, ਕੋਈ ਹੋਵੇ ਕੋਈ ਤੁਹਾਡੇ ਉਰੇ ਆ ਕੇ ਵੀ 50 ਕਿਲੋ 60 ਕਿਲੋ ਕਿੰਨਾ ਵੇਟ ਤੋੜਿਆ ਗਿਆ? ਵੀ ਜੀ, ਸਾਡੇ ਕੋਲ 85+ ਵੀ ਹੈ ਜੀ। 85 ਕਿਲੋ ਵੇਟ ਕਿੰਨੇ ਸਮੇਂ ਜੀ? ਉਹਨਾਂ ਨੇ 6 ਮਹੀਨਿਆਂ ਦੇ ਵਿੱਚ 6 ਮਹੀਨਿਆਂ 'ਚ 85 ਕਿਲੋ ਵੇਟ ਤੋੜਤਾ, ਬਾਅਦ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਸਰੀਰ ਦੇ ਵਿੱਚ? ਨਹੀਂ ਵੀ ਜੀ, ਕੋਈ ਨਹੀਂ, ਖੁਦ ਮੈਂ ਤਾਂ ਇਹੀ ਕਿਹਾ ਵੀ ਉਰੇ ਖੁਦ ਜਦ ਮਰਜ਼ੀ ਆ ਕੇ ਜਿਹਨੇ ਦੇਖਣਾ ਤਾਂ ਮਿਲਣਾ, ਤਾਂ ਮੇਰੇ ਹਸਬੈਂਡ ਨੇ 55 ਕਿਲੋ ਵੇਟ ਲੋਸ ਕੀਤਾ, ਉਹ ਹਰ ਵਕਤ ਉਰੇ ਹੁੰਦੇ ਨੇ ਜੀ। ਅੱਛਾ, ਕਲੱਬ ਦੇ ਵਿੱਚ ਹੁੰਦੇ ਨੇ, ਇਹ ਜਿੰਨੇ ਵੀ ਲੋਕ ਖੜੇ ਨੇ ਇਹਨਾਂ ਨੇ ਵੀ ਵੇਟ ਤੋੜਿਆ ਜੀ? ਇਹਨਾਂ ਨੇ ਵੀ ਵੇਟ ਲੋਸ ਕੀਤਾ। ਸਤਿ ਸ਼੍ਰੀ ਅਕਾਲ ਆਪਣੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਲੋਕਲ ਹੀ ਇਸ ਏਰੀਏ ਦੇ ਹੋ? ਹਾਂਜੀ। ਕਿੰਨਾ ਵੇਟ ਸੀ ਤੁਹਾਡਾ ਪਹਿਲਾਂ? ਮੇਰਾ 82 ਕਿਲੋ ਸੀ ਜੀ। ਹੁਣ ਕਿੰਨਾ ਇਸ ਸਮੇਂ? 60 ਕਿਲੋ ਹੈ ਜੀ। ਕਿੰਨੇ ਦਿਨਾਂ ਦੇ ਵਿੱਚ ਤੋੜਿਆ ਵੇਟ ਤੁਸੀਂ? ਮੈਂ 3 ਮਹੀਨਿਆਂ 'ਚ। 3 ਮਹੀਨਿਆਂ ਦੇ ਵਿੱਚ ਤੁਸੀਂ? ਅੱਛਾ, ਜੁੜੇ ਕਿਵੇਂ ਤੁਸੀਂ ਇਹਨਾਂ ਨਾਲ? ਕੋਈ ਇਸ ਏਰੀਏ ਦੇ ਹੋ, ਜਾਣ ਪਹਿਚਾਣ ਸੀ ਜਾਂ ਵੀਡੀਓ ਦੇਖੀ? ਅਸੀਂ ਗਮਾਂਡ ਦੇ ਹੋ, ਠੀਕ ਹੈ। ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੇ ਹੋਰ ਵੀ ਘਟਾਇਆ ਵੇਟ? ਨਹੀਂ ਜੀ, ਹੋਰ ਨਹੀਂ, ਮੈਂ ਹੀ ਘਟਾਇਆ। ਇੱਕ ਭੈਣੇ ਕਦੋਂ ਵੇਟ ਘਟਾਉਂਦੇ ਆ ਨਾ, ਕਹਿੰਦੇ ਨੇ ਵੀ ਮੂੰਹ ਦੇ ਉੱਪਰ ਤਾਲਾ ਲਾਉਣਾ ਪੈਂਦਾ ਹੈ ਨਾ, ਖਾਣ ਪੀਣਾ ਕਿੰਨਾ ਕੁ ਕੰਟਰੋਲ ਦੇ ਵਿੱਚ ਰੱਖਣਾ ਪੈਂਦਾ ਜਾਂ ਵੀ? ਕੋਈ ਜ਼ਿਆਦਾ ਨਹੀਂ ਜੀ, ਸਾਰਾ ਕੁਝ ਆਪਦਾ ਘਰ ਦਾ ਹੀ ਆ, ਰੋਟੀ ਵੀ ਗੋਲ ਗੱਪੇ ਵੀ ਸਾਰਾ ਕੁਝ ਖਾ ਕੇ ਹੀ ਅਸੀਂ ਵੇਟ ਲੋਸ ਕੀਤਾ।
ਗੋਲ ਗੱਪੇ ਵੀ ਖਾਈਗੇ ਨਾਲ ਫਿਰ ਵੀ ਪੇਟ ਘਟ ਗਿਆ, ਸਹੀ ਗੱਲ ਹੈ ਭੈਣੇ? ਹਾਂਜੀ ਵੀਰ ਜੀ ਸਹੀ ਗੱਲ ਹੈ ਵੀਰ ਜੀ, ਗੋਲ ਗੱਪੇ ਵੀ ਦਿੰਦੇ ਹਾਂ, ਸੈਂਡਵਿਚ ਵੀ ਦਿੰਦੇ ਹਾਂ, ਆਲੂ ਵਾਲੇ ਪਰਾਂਠੇ ਵੀ ਦਿੰਦੇ ਹਾਂ, ਸਾਰਾ ਕੁਛ ਮਿਲਦਾ। ਕਮਾਲ ਕਰਦੇ ਜੀ ਤੁਸੀਂ, ਵੀ ਪਰੌਂਠੇ ਖਾਂਦੇ ਖਾਂਦੇ ਪੇਟ ਘਟਾ ਲਓ। ਦੇਖੋ ਵੀਰ ਜੀ ਊਂ ਤਾਂ ਤਿੰਨ ਟਾਈਮ ਰੋਟੀ ਖਾਂਦਾ ਅਗਲਾ, ਕਹਿੰਦਾ ਤਿੰਨ ਟਾਈਮ ਰੋਟੀ ਖਾਧੀ ਅਸੀਂ, ਸਾਡੀਆਂ ਦਿਨ ਦੇ ਵਿੱਚ 12 ਮੀਲਾਂ ਨੇ ਜੀ ਖਾਣ ਲਈ। ਅੱਛਾ ਜੀ। ਹਾਂਜੀ, ਤੇ ਇਹ ਨਹੀਂ ਹੈਗਾ ਵੀ ਭੁੱਖੇ ਰਹਿ ਕੇ ਆ ਜੀ, ਕੋਈ ਭੁੱਖੇ ਰਹਿਣ ਦਾ ਹੈ ਹੀ ਨਹੀਂ ਜੀ। ਗੱਲ ਇਹਨਾਂ ਦੀ ਠੀਕ ਆ, ਪਰ ਖਾਣਾ ਸਭ ਕੁਝ ਆ, ਕਹਿੰਦੇ ਖਾਣਾ ਕਿਵੇਂ, ਖਾਣਾ ਸਾਡੇ ਤਰੀਕੇ ਨਾਲ ਆ, ਕਿਵੇਂ ਖਾਣਾ ਸਾਡੇ ਤਰੀਕੇ ਨਾਲ ਤੁਸੀਂ ਖਾਓ, ਕਹਿੰਦੇ ਵੇਟ ਦਿਨਾਂ ਦੇ ਵਿੱਚ ਹੀ ਸ਼ੂ ਮੰਤਰ ਹੋ ਜਾਊਗਾ। ਹੋਰ ਵੀ ਮੈਂ ਗੱਲ ਕਰਦਾ, ਬਾਈ ਹੋਰੀ ਖੜੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਤੁਹਾਡਾ ਵੇਟ ਕਿੰਨਾ ਸੀ ਤੇ ਹੁਣ ਕਿੰਨਾ ਕਿੰਨਾ ਤੋੜਿਆ? ਇੱਕ ਕੁਇੰਟਲ 25 ਕਿਲੋ ਸੀ ਵੀਰੇ। ਬੱਲੇ ਬਾਈ, ਅੱਛਾ ਹੁਣ 85 ਕਿਲੋ ਆ, 40 ਕਿਲੋ ਵੇਟ ਘਟਾਇਆ ਵੀਰੇ। ਕਿੰਨੇ ਸਮੇਂ ਦੇ ਵਿੱਚ? 5 ਮਹੀਨੇ ਆ ਜੀ ਵੀਰੇ। ਕਿੰਨਾ ਸਮਾਂ ਹੋ ਗਿਆ ਘਟਾਈ ਨੂੰ, ਮਤਲਬ 5 ਮਹੀਨੇ ਹੋਣੀ ਪੂਰੇ ਹੋਣੇ ਜਾਂ ਕਾਫੀ ਸਮੇਂ ਤੋਂ ਜੁੜੇ? ਕਾਫੀ ਸਮਾਂ ਹੋ ਗਿਆ ਵੀਰੇ, ਹੁਣ ਤਾਂ ਮੈਂ ਦੁਬਾਰਾ ਜਿਹੜਾ ਮੈਂ ਕਿਹਾ ਵੀ 5-7 ਕਿਲੋ ਹੋਰ ਘਟਾ ਲੈਂਦੇ ਹਾਂ। ਹਾਂ, ਜਿਵੇਂ ਭੈਣ ਨੇ ਕਿਹਾ ਕਿ ਖਾਈ ਪੀ ਜਾਓ ਨਾਲ, ਕੋਈ ਦਿੱਕਤ ਨਹੀਂ, ਐਵੇਂ ਤੁਸੀਂ ਚੱਲਦੇ ਰਹੇ ਨਾਲ ਖਾਣਾ ਪੀਣਾ? ਕੋਈ ਦਿੱਕਤ ਨਹੀਂ ਵੀਰੇ। ਅੱਛਾ ਬਾਈ, ਹਾਂ ਸਾਰਾ ਕੁਝ ਉਦਾਂ ਹੀ। ਸਰੀਰ ਦੇ ਵਿੱਚ ਕੋਈ ਕਮਜ਼ੋਰੀ ਮਹਿਸੂਸ ਤਾਂ ਨਹੀਂ ਹੁੰਦੀ? ਨਹੀਂ ਵੀਰੇ, ਉਲਟਾ એનર્ਜੀ ਆ ਗਈ ਆ। ਇਸ ਸਮੇਂ ਪ੍ਰੋਡਕਟ ਲੈ ਰਹੇ ਹੋ ਜਾਂ ਛੱਡ ਚੁੱਕੇ ਹੋ? ਨਹੀਂ, ਹੁਣ ਦੁਬਾਰਾ ਸਟਾਰਟ ਕੀਤਾ ਵੀ। ਅੱਛਾ, ਛੱਡ ਗਏ ਸੀ ਵੀ? ਹਾਂਜੀ ਹਾਂਜੀ, ਇੱਕ ਵੀਕ ਤੋਂ ਹੁਣ ਦੁਬਾਰਾ ਸਟਾਰਟ ਕੀਤਾ। ਇਹ ਮੈਂ ਤਾਂ ਪੁੱਛਿਆ, ਕਈ ਵਾਰੀ ਕਈ ਐਸੇ ਪ੍ਰੋਡਕਟ ਨੇ ਵੀ ਆਪਾਂ ਕਦੋਂ ਛੱਡ ਦਿੰਦੇ ਹਾਂ ਨਾ, ਵੇਟ ਜ਼ਿਆਦਾ ਹੋ ਜਾਂਦਾ ਫਿਰ ਉਹਨਾਂ ਨਾਲ। ਵੀਰੇ 1.5 ਸਾਲ ਮੈਂ ਛੱਡ ਕੇ ਰੱਖਿਆ। ਹਾਂ, ਕੋਈ ਉਨਾ ਹੀ ਰਿਹਾ, ਹੁਣ ਦੁਬਾਰਾ ਮੈਂ ਸਟਾਰਟ ਕੀਤਾ 1 ਵੀਕ ਤੋਂ। ਅੱਛਾ ਜੀ। ਹਾਂਜੀ, ਮੇਰੀਆਂ 1.5 ਸਾਲ ਪੁਰਾਣੀਆਂ ਵੀ ਫੋਟੋਆਂ ਪਈਆਂ ਹੋਣਗੀਆਂ ਬਾਈ ਦੀ, ਮੈਂ ਫੋਟੋ ਵੀ ਲਾ ਦੂੰਗਾ ਨਾਲ, ਅਗਰ ਬਾਈ ਨੇ ਦਿੱਤੀ ਤਾਂ ਤੁਸੀਂ ਦੇਖ ਲਿਓ ਕਿ ਕਿੰਨਾ ਹੁਣ ਦਾ ਵੇਟ ਦੇਖ ਲਿਓ, ਪਹਿਲਾਂ ਨੇ ਦੇਖ ਲਿਓ। ਗੁੜੀਆ ਤੁਸੀਂ ਨੇ ਵੀ ਘਟਾਇਆ ਪੁੱਤ? ਹਾਂਜੀ। ਕਿੰਨਾ ਘਟਾਇਆ? ਜੀ ਮੈਂ 9 ਕਿਲੋ ਘਟਾਇਆ 40 ਦਿਨਾਂ 'ਚ। 40 ਦਿਨਾਂ ਦੇ ਵਿੱਚ 9 ਕਿਲੋ ਵੇਟ? ਖਾਣੇ ਪੀਣੇ ਤੇ ਵੀ ਕੰਟਰੋਲ ਰੱਖਿਆ? ਜੀ ਨਹੀਂ, ਕੋਈ ਕੰਟਰੋਲ ਨਹੀਂ ਰੱਖਿਆ ਹੈਗਾ, ਜਿਵੇਂ ਦੀ ਡਾਈਟ ਆਉਂਦੀ ਰਹੀ ਆ ਉਵੇਂ ਦਾ ਫੋਲੋ ਕੀਤਾ ਵਾ। ਅੱਛਾ, ਹਾਂਜੀ। ਤੁਸੀਂ ਪੁੱਤ ਤੁਸੀਂ ਕਿੰਨਾ ਘਟਾਇਆ? ਮੈਂ ਵੀ 40 ਦਿਨਾਂ ਦੇ ਵਿੱਚ 9 ਕਿਲੋ। 40 ਦਿਨਾਂ ਦੇ ਵਿੱਚ 9 ਕਿਲੋ ਵੇਟ ਘਟਾਇਆ। ਫੋਟੋਆਂ ਤੁਹਾਡੇ ਕੋਲ ਵੀ ਹੋਣਗੀਆਂ ਪੁਰਾਣੀਆਂ, ਹੈ ਨਾ? ਨਾਲ ਨਾਲ ਨਾ ਮੈਂ ਫੋਟੋਆਂ ਲਾ ਦੂੰਗਾ, ਤੁਸੀਂ ਦੇਖ ਲਿਓ। ਕਈ ਵਾਰੀ ਅਗਲਾ ਯਕੀਨ ਨਹੀਂ ਕਰਦਾ, ਅਗਲਾ ਕਹਿੰਦਾ ਕੋਈ ਇਹਨਾਂ ਦਾ ਪ੍ਰੋਡਕਟ ਹੈ, ਵੇਚਣ ਵਾਸਤੇ ਇੱਦਾਂ ਕਰਦੇ, ਨਾਲ ਫੋਟੋਆਂ ਲਾ ਦਾਂਗੇ ਆਪਾਂ, ਤੁਸੀਂ ਦੇਖ ਲਿਓ। ਅਤੇ ਭੈਣੇ ਅਗਰ ਆਪਾਂ ਹੁਣ ਗੱਲ ਕਰੀਏ ਵੀ ਠੀਕ ਆ, ਤੁਸੀਂ ਸਾਰੇ ਰਿਜ਼ਲਟ ਆਪਣੇ ਸਾਹਮਣੇ ਨੇ, ਕਿਵੇਂ ਤੁਹਾਡੇ ਨਾਲ ਕੰਟੈਕਟ ਕੋਈ ਕਰ ਸਕਦਾ ਅਗਰ ਤੁਹਾਡੇ ਤੋਂ ਕੋਈ ਪ੍ਰੋਡਕਟ ਮੰਗਾਉਣਾ ਜਾਂ ਕੋਈ ਸਲਾਹ ਲੈਣੀ ਆ, ਕਿਵੇਂ ਕਰਿਓ ਥੋੜ੍ਹਾ ਜਿਹਾ ਦੱਸੋ। ਹਾਂਜੀ ਵੀਰ ਜੀ, ਜਿਹੜੇ ਵੀਡੀਓ ਦੇ ਵਿੱਚ ਨੰਬਰ ਚੱਲ ਰਹੇ ਨੇ, ਵੀਡੀਓ 'ਤੇ ਆਪਣਾ ਵਟਸਐਪ 'ਤੇ ਹੈਲੋ ਲਿਖ ਦਿਓ ਜਾਂ ਵੇਟ 'ਤੇ ਹਾਈਟ ਲਿਖ ਕੇ ਸਾਨੂੰ ਸੈਂਡ ਕਰ ਦਿਓ, ਬਾਕੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵਟਸਐਪ 'ਤੇ ਦੇ ਦਾਂਗੇ। ਅਤੇ ਕਿੱਥੇ ਕਿੱਥੇ ਭੇਜਦੇ ਹੋ ਪ੍ਰੋਡਕਟ ਤੁਸੀਂ? ਵੀਰ ਜੀ ਆਲ ਇੰਡੀਆ ਦੇ ਵਿੱਚ ਫ੍ਰੀ ਆ, ਹਰ ਇੱਕ ਕੰਟਰੀ ਦੇ ਵਿੱਚ ਜਾਂਦਾ, ਫੋਰਨ ਕੰਟਰੀਆਂ ਦੇ ਵਿੱਚ, ਜਿੱਦਾਂ ਹਰ ਇੱਕ ਕੰਟਰੀ ਦਾ ਅਲੱਗ ਅਲੱਗ ਡਿਲੀਵਰੀ ਚਾਰਜਿਸ ਨੇ, ਉਹ ਅਲੱਗ ਅਲੱਗ ਦੇ ਨੇ। ਇੰਡੀਆ ਦੇ ਵਿੱਚ ਫ੍ਰੀ ਹੈ ਜੀ ਆਪਣਾ। ਕੋਈ ਕਿਵੇਂ ਬਾਹਰ ਮੰਗਾਉਣਾ, ਕਿਸੇ ਏਅਰਪੋਰਟ 'ਤੇ ਕੋਈ ਦਿੱਕਤ ਵਗੈਰਾ ਤਾਂ ਨਹੀਂ ਆਉਂਦੀ? ਨਹੀਂ ਵੀਰ ਜੀ, ਕੋਈ ਦਿੱਕਤ ਨਹੀਂ ਹੈਗੀ ਵੀਰ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤਾਂ ਬਈ ਭੈਣ ਹੋਰਾਂ ਨੇ ਸਾਰੀ ਗੱਲਬਾਤ ਦੱਸੀ ਕਿ ਕਿਵੇਂ ਤੁਸੀਂ ਪ੍ਰੋਡਕਟ ਆ ਜਿਹੜਾ ਮੰਗਾ ਸਕਦੇ ਹੋ, ਜਿਹੜਾ ਵੇਟ ਆ ਤੁਹਾਡਾ ਦਿਨਾਂ ਦੇ ਵਿੱਚ ਹੀ ਸ਼ੂ ਮੰਤਰ ਹੋ ਜੂ, ਜਿਵੇਂ ਮੈਂ ਪਹਿਲਾਂ ਕਿਹਾ। ਨੰਬਰ ਇਹਨਾਂ ਦੇ ਸਕਰੀਨ 'ਤੇ ਚੱਲ ਰਹੇ ਨੇ, ਇਹਨਾਂ ਦੀਆਂ ਨਾਲ ਮੈਂ ਸਾਰਿਆਂ ਦੀਆਂ ਫੋਟੋਆਂ ਵੀ ਦਿਖਾਤੀਆਂ ਤੁਹਾਨੂੰ, ਵੀ ਪਹਿਲਾਂ ਇਹਨਾਂ ਦਾ ਵੇਟ ਕਿੰਨਾ ਸੀ ਹੁਣ ਕਿੰਨਾ। ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ। ਧੰਨਵਾਦ, ਰੱਬ ਰੱਖਾ।